ਜਿਨ੍ਹਾਂ ਨੇ ਆਵਾਜ਼ ਚੱਕੀ ਹੈ ਉਹਨਾਂ ਦਾ ਇਤਰਾਜ਼ ਹੀ ਇਹ ਹੈ ਕਿ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾ ਹੋ ਕੇ ਸੁਖਬੀਰ ਬਾਦਲ ਬਣ ਗਈ ਹੈ। ਜਥੇਦਾਰ ਸਾਹਿਬਾਨਾਂ ਨੂੰ ਘਰ ਬੁਲਾ ਕੇ ਉਹ ਮਾਫ਼ੀ ਦਵਾਈ ਗਈ, ਕਹਿੰਦੇ ਡੇਰਾ ਮੁਖੀ ਨੇ ਤਾਂ ਮਾਫ਼ੀ ਮੰਗੀ ਨਹੀਂ। ਪ੍ਰੇਮ ਸਿੰਘ ਚੰਦੂ ਮਾਜਰਾ ਨੇ ਇਹ ਗੱਲ ਕਹੀ ਇੱਥੇ ਹੀ ਬੈਠ ਕੇ ਕਿ ਸਾਨੂੰ ਮੀਟਿੰਗ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇੱਥੋਂ ਤੱਕ ਗੱਲ ਕਹਿਤੀ ਕਿ ਭਾਵੇਂ ਮੈਂ ਇਕੱਲਾ ਰਹਿ ਜਾਂ ਮੈਂ ਪ੍ਰਧਾਨਗੀ ਨਹੀਂ। ਕੀ ਵਾਕਈ ਅਕਾਲੀ ਦਲ ਜਾਂ ਸੁਖਬੀਰ ਸਿੰਘ ਬਾਦਲ ਉੱਥੇ ਆਪਣਾ ਕੋਈ ਤਰਕਾਂ ਦੇ ਨਾਲ ਸਪਸ਼ਟੀਕਰਨ ਦੇ ਕੇ ਆਏ ਨੇ? ਅਕਾਲੀ ਦਲ 'ਤੇ ਇਲਜ਼ਾਮ ਲੱਗਦਾ ਕਿ ਲਿਫਾਫਾ ਸਿਸਟਮ ਵੀ, ਕਿ ਜਥੇਦਾਰ ਸਾਹਿਬ ਲਿਫਾਫੇ 'ਚੋਂ ਨਿਕਲਦੇ ਨੇ, ਐਸ ਜੀ ਪੀ ਸੀ ਦਾ ਪ੍ਰਧਾਨ ਲਿਫਾਫੇ ਦੇ ਵਿੱਚੋਂ ਨਾਮ ਨਿਕਲਦਾ ਹੈ, ਲਿਫਾਫਾ ਵੀ ਸਿੱਧਾ ਕਹਿੰਦੇ ਬਾਦਲ ਪਰਿਵਾਰ ਦੇ ਘਰ ਤੋਂ ਆਉਂਦਾ। ਇਹ ਸਾਡੇ 'ਤੇ ਤਾਂ ਹੋਰ ਲਾ ਲਓ ਇਲਜ਼ਾਮ, ਕਿਸੇ ਨੂੰ ਕਹਿਣਾ ਹੀ ਹੈ ਚੋਰ ਕਹਿ ਦਿਓ, ਡਾਕੂ ਕਹਿ ਦਿਓ, ਭ੍ਰਿਸ਼ਟਾਚਾਰੀ ਕਹਿ ਦਿਓ, ਕੁਛ ਕਹਿ ਦਿਓ, ਹੋਰ ਲਾ ਦਿਓ।